ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਲక్ష్మణ ਸਿੰਘ ਜੀ ਧਾਰੋਵਾਲ ਗੁਰੂ ਖਾਲਸਾ ਸੰਗਤ ਜੀ ਅਕਾਲੀ ਲਹਿਰ ਅਰਥਾਤ ਗੁਰਦੁਆਰਾ ਸੁਧਾਰ ਲਹਿਰ ਦਾ ਸਭ ਤੋਂ ਦੁਖਦਾਈ ਕਾંડ ਉਦੋਂ ਵਾਪਰਿਆ ਜਦੋਂ ਅੰਗਰੇਜ਼ ਸਰਕਾਰ ਦੀ ਸ਼ਹਿਤੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਮਹੰਤ ਨਾਰਾਇਣ ਦਾਸ ਨੇ ਸਿੱਖਾਂ ਦੇ ਲਹੂ ਨਾਲ ਹੋਲੀ ਕੇਢੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਚ ਪ੍ਰਮੁੱਖ ਸਥਾਨ ਭਾਈ ਲక్ష్ਮਣ ਸਿੰਘ ਜੀ ਧਾਰੋਵਾਲੀ ਦਾ ਹੈ ਭਾਈ ਲక్ష్ਮਣ ਸਿੰਘ ਜੀ ਦਾ ਜਨਮ ਪਿੰਡ ਧਾਰੋਵਾਲੀ ਜ਼ਿਲ੍ਹਾ ਗੁਰਦਾਸਪੁਰ ਵਿੱਚ 16 ਫਾਦਰੋਂ ਸਮਤ 1942 ਅਤੇ 1885 ਈਸਵੀ ਨੂੰ ਮਾਤਾ ਹਰ ਕੌਰ ਪਿਤਾ ਮੇਰ ਸਿੰਘ ਦੇ ਘਰ ਹੋਇਆ। ਸਰਦਾਰ ਮੇਰ ਸਿੰਘ ਮਹਾਰਾਜਾ ਨੌਨਿਹਾਲ ਸਿੰਘ ਦੀ ਫੌਜ ਵਿੱਚ ਸਿਪਾਹੀ ਸਨ। ਇਹ ਫੌਜ ਅੰਗਰੇਜ਼ੀ ਰਾਜ ਵਿੱਚ ਪੁਲਿਸ ਬਣਾ ਦਿੱਤੀ ਗਈ। ਆਪ ਤਰੱਕੀ ਕਰਕੇ ਥਾਣੇਦਾਰ ਬਣ ਕੇ ਜਦੋਂ ਆਪ ਨੂੰ ਕਈ ਸਾਲ ਪਿਛੋਂ ਪੈਨਸ਼ਨ ਮਿਲੀ ਤਾਂ ਜ਼ਿਲ੍ਹਾ ਸੇਖੂਪੁਰਾ ਵਿੱਚ 6 ਮਰੱਬੇ ਜ਼ਮੀਨ ਮਿਲੀ ਆਪਜੀ 1892 ਈਸਵੀ ਵਿੱਚ ਧਾਰੂ ਵਾਲੀ ਚੱਕ ਨੰਬਰ 33 ਜ਼ਿਲ੍ਹਾ ਸੇਖੂਪੁਰ ਵਿੱਚ ਆਣ ਕੇ ਵਸ ਗਏ ਉਸ ਸਮੇਂ ਲక్ష్మణ ਸਿੰਘ ਦੀ ਉਮਰ ਸਿਰਫ 9 ਸਾਲ ਦੀ ਸੀ ਭਾਈ ਲక్ష్మణ ਸਿੰਘ ਸ਼ੁਰੂ ਵਿੱਚ ਮਾਲ ਡੰਗਰ ਚਾਰਨ ਦਾ ਕੰਮ ਕਰਦੇ ਰਹੇ ਉਹ ਡੰਗਰਾਂ ਵੱਲੋਂ ਬੇਪਰਵਾਹ ਹੋ ਗਏ ਸਾਧਾਂ ਸੰਤਾਂ ਤੇ ਗੁਰਮੁਖ ਪੁਰਸ਼ਾਂ ਨਾਲ ਬਚਨ ਬਿਲਾਸਾਂ ਵਿੱਚ ਲੱਗ ਜਾਂਦੇ ਫਿਰ ਆਪ ਜੀ ਨੇ ਸੰਤ ਅਰਜਨ ਸਿੰਘ ਜੀ ਨਿਰਮਲੇ ਪਾਸੋਂ ਗੁਰਮੁਖੀ ਪੜਨੀ ਆਰੰਭ ਕਰ ਦਿੱਤੀ ਛੇਤੀ ਹੀ ਆਪ ਚੰਗੇ ਪਾਠੀ ਬਣ ਗਏ ਆਪ ਜੀ ਸਰੀਰ ਦੇ ਰਿਸ਼ਟ ਪੁੱਛ ਸਨ ਆਪ ਖੁੱਲਣ ਦਾ ਵੀ ਬਹੁਤ ਸ਼ੌਂਕ ਰੱਖਦੇ ਸਨ ਸੁਭਾ ਕਰਕੇ ਨਿਡਰ ਤੇ ਮਨ ਚਲੇ ਸੰ ਆਪਜੀ ਨੂੰ ਕੁਦਰਤੀ ਦੇਣ ਸੀ ਕਿਸੇ ਜ਼ਹਿਰੀਲੀ ਚੀਜ਼ ਦਾ ਇਹਨਾਂ ਤੇ ਅਸਰ ਨਹੀਂ ਹੁੰਦਾ ਸੀ ਆਪ ਸੱਪਾਂ ਨੂੰ ਫੜ ਲੈਂਦੇ ਭੁੰਡਾਂ ਦੀ ਮੁੱਠ ਭਰ ਲੈਂਦੇ ਤੇ ਠੂਹਿਆਂ ਦਾ ਹਾਰ ਬਣਾ ਕੇ ਗਲ ਵਿੱਚ ਪਾ ਲੈਂਦੇ ਇੱਕ ਵਾਰ ਇਹਨਾਂ ਨੇ ਗੁਰਦਾਸਪੁਰ ਦੇ ਪਿੰਡ ਛੱਠੇ ਸੀੜੇ ਦੇ ਖਾਸੂ ਤੇ ਨਖਾਸੂ ਸਾਹ ਸੰਗਤ ਜੀ ਇੱਕ ਛੋਟਾ ਨਹਿਰ ਦਾ ਹਿੱਸਾ ਖਾਲ ਨੂੰ ਬੋਲਦੇ ਹਨ ਨਖਾਸੂ ਤੇ ਇੱਕ ਉੱਡਣਾ ਸੱਪ ਛੇਤਰਾ ਨਾਲ ਹੀ ਮਾਰ ਕੇ ਲੋਕ ਹੈਰਾਨ ਕਰ ਦਿੱਤੇ ਸਰੀਰਕ ਕਸਬਾਂ ਵਿੱਚ ਨਿਪੁੰਨ ਸਨ 15 ਹੱਥ ਲੰਮੀ ਛਾਲ ਮਾਰ ਲੈਂਦੇ ਸਨ ਦੌੜ ਤੇ ਨਿਜਾਬਾਜੀ ਵਿੱਚ ਉਹ ਮਾਰ ਖੋਰੇ ਪਸ਼ੂਆਂ ਨੂੰ ਰੋਕ ਕੇ ਉੱਤੇ ਚੜ ਜਾਂਦੇ ਸਨ ਇਹਨਾਂ ਦੇ ਭਰਾ ਦੀ ਇੱਕ ਮੱਝ ਬਹੁਤ ਮਾਰਦੀ ਸੀ ਆਪ ਉਸ ਮੱਝ ਦੇ ਅੱਗੇ ਪਿਛਲੇ ਪੈਰੀਂ ਦੌੜੀ ਗਏ ਜਦੋਂ ਮੱਝ ਸਿੰਘ ਮਾਰਨ ਲੱਗੀ ਤਾਂ ਸਿੰਘਾਂ ਤੋਂ ਫੜ ਕੇ ਮੱਝ ਦੀ ਪੇਟ ਤੇ ਬੈਠ ਗਏ ਭੱਜੀ ਜਾਂਦੀ ਡਾਚੀ ਦੀ ਪੂਛ ਫੜ ਗਈ ਉੱਤੇ ਚੜ ਜਾਂਦੇ ਸਨ ਆਪਜੀ ਦਾ ਕੱਦ 6 ਫੁੱਟ ਵਜ਼ਨ 2 ਮਣ 35 ਸੇਰ ਕਣਕਵੰਨਾ ਰੰਗ ਮੱਥਾ ਚੌੜਾ ਅੱਖਾਂ ਮੋਟੀਆਂ ਤੇ ਭਰਵਾ ਦਾੜਾ ਸੀ ਖੁਰਾਕ ਵੀ ਇਹਨਾਂ ਦੀ ਕਾਫੀ ਸੀ ਮਹਾ ਪ੍ਰਸ਼ਾਦ ਚਾਰ ਸੇਰ ਤੱਕ ਖਾ ਜਾਂਦੇ ਸਨ ਸੇਰ ਦਾਣੇ ਭੁੰਨ ਕੇ ਚਬ ਜਾਂਦੇ 16 16 ਪੋਣੇ ਗੰਨੇ ਚੂਪ ਲੈਂਦੇ 30 35 ਛੱਲੀਆਂ ਚਬ ਜਾਂਦੇ ਫਿਰ ਵੀ ਆਪ ਰੋਟੀ ਪੂਰੀ ਖਾ ਲੈਂਦੇ ਖੁਰਾਕ ਤਾਂ ਇਹਨਾਂ ਦੀ ਪੁਰਾਣੇ ਸਮੇ ਦੇ ਸਿੰਘਾਂ ਵਰਗੀ ਹੀ ਸੀ। ਸੇਰ ਕੱਚਾ ਕਿਉ ਤਾਂ ਆਪ ਹੀ ਆਮ ਹੀ ਪੀ ਜਾਇਆ ਕਰਦੇ ਸਨ। ਆਪਜੀ ਦੀ ਸ਼ਾਦੀ ਸਤ ਹਾੜ ਸੰਮਤ 1958 1921ਵੀ ਨੂੰ ਬੁਰਲਾ ਚੱਕ ਚੌਥ ਵਿੱਚ ਪਾਈ ਬੁੱਧ ਸਿੰਘ ਦੀ ਲੜਕੀ ਇੰਦਰ ਕੌਰ ਨਾਲ ਹੋਈ। ਇਹਨਾਂ ਦੇ ਇੱਕ ਲੜਕਾ ਹਰਬੰਸ ਸਿੰਘ ਹੋਇਆ ਆਪ ਧਾਰਮਿਕ ਜਲਸੇ ਜਲੂਸਾਂ ਦੇ ਬਹੁਤ ਪ੍ਰੇਮੀ ਸਨ ਇੱਕ ਵਾਰ ਇਹਨਾਂ ਧਾਰੋਵਾਲੀ ਚੱਕ ਵਿੱਚ ਭਾਰੀ ਰਾਜਸੀ ਜਲਸਾ ਰੱਖ ਦਿੱਤਾ ਜਲਸੇ ਵਿੱਚ 35000 ਦੇ ਲਗਭਗ ਲੋਕ ਆਏ ਡਾਕਟਰ ਕਿਜਲੂ ਮਹਾਤਮਾ ਆਨੰਦ ਗੁਪਾਲ ਤੇ ਆਸਾ ਮੁਹੰਮਦ ਸਫਦਰ ਜਿਹੇ ਲੋਕ ਜਲਸੇ ਵਿੱਚ ਸ਼ਾਮਲ ਹੋਏ ਜਲਸੇ ਦੇ ਪ੍ਰਧਾਨ ਸਰਦਾਰ ਹਰਚੰਦ ਸਿੰਘ ਲਾਇਲਪੁਰ ਸਨ ਨਾ ਮਿਲ ਵਰਤਨ ਦਾ ਮਤਾ ਵੀ ਪਾਸ ਹੋਇਆ ਤੇ ਗੁਰਦੁਆਰਾ ਸੁਧਾਰ ਲਹਿਰ ਸੰਬੰਧੀ ਵੀ ਲੈਕਚਰ ਹੋਇਆ ਗੁਰੂ ਖਾਲਸਾ ਸੰਗਤ ਜੀ ਨਨਕਾਣਾ ਸਾਹਿਬ ਦੇ ਮਹੰਤਾਂ ਦੀਆਂ ਕਰਤੂਤਾਂ ਦੀ ਖਾਸ ਚਰਚਾ ਹੋਈ ਨਨਕਾਣਾ ਸਾਹਿਬ ਦੇ ਮਹੰਤ ਇਤਨੇ ਕੋ ਕਰਮੀ ਸਨ ਕਿ ਆਪਣੇ ਘੋੜਿਆਂ ਨੂੰ ਵੀ ਸ਼ਰਾਬ ਪਲਾਉਂਦੇ ਸਨ ਤੇ ਆਇਆਂ ਬੀਬੀਆਂ ਦਾ ਸਤਵੀਂ ਭੰਗ ਕਰਦੇ ਸਨ ਇਸ ਜਲਸੇ ਵਿੱਚ ਅਜਹੀਆਂ ਕਰਤੂਤਾ ਜਦੋਂ ਆਪ ਜੀ ਨੇ ਸੁਣੀਆਂ ਤਾਂ ਜਨਮ ਸਥਾਨ ਨਨਕਾਣਾ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨ ਦਾ ਖਿਆਲ ਮਨ ਵਿੱਚ ਪੱਕਾ ਹੋ ਗਿਆ ਨਵੰਬਰ 1920 ਨੂੰ ਨਨਕਾਣਾ ਸਾਹਿਬ ਵਿੱਚ ਇੱਕ ਭਾਰੀ ਦੀਵਾਨ ਰੱਖਿਆ ਗਿਆ ਦੀਵਾਨ ਵਿੱਚ ਕਿਸੇ ਨੇ ਸ਼ਿਕਾਇਤ ਕੀਤੀ ਕਿ ਜਿਸ ਵਿਅਕਤੀ ਨੇ ਵੱਡੀ ਗਾਤਰੀ ਵਾਲੀ ਕਿਰਪਾਨ ਪਾਈ ਹੋਵੇ ਉਸ ਨੂੰ ਮਹੰਤ ਗੁਰਦੁਆਰਾ ਜਨਮ ਸਥਾਨ ਮੱਥਾ ਟੇਕਣ ਲਈ ਅੰਦਰ ਜਾਣ ਨਹੀਂ ਦਿੰਦੇ ਆਪ ਦੀ ਜਥੇਦਾਰੀ ਵਿੱਚ ਪੰਜ ਪਿਆਰੇ ਨiyet ਹੋਏ ਵੱਡੀਆਂ ਕਿਰਪਾਆਂਾਂ پا ਕੇ ਮੱਥਾ ਟੇਕਣ ਲਈ ਜਦ ਇਹ ਤਿਆਰ ਹੋਏ ਤਾਂ 30000 ਲੋਕ ਵੀ ਨਾਲ ਹੀ ਤਿਆਰ ਹੋਗੇ ਮਹੰਤ ਨਰੈਣਦਾਸ ਦੀ ਸ਼ਹਿ ਤੇ ਨਾਗੇ ਸਾਧ ਧੂਣੀਆਂ ਚੋਂ ਚੁਆਤੀਆਂ ਕੱਢ ਕੇ ਲੜਨ ਲਈ ਤਿਆਰ ਹੋਗੇ ਮਹੰਤ ਨੇ ਕੁਝ ਮੁਸਲਮਾਨ ਵੀ ਬਦੂਕਾਂ ਸਮੇਤ ਅੰਦਰ ਖੜੇ ਕੀਤੇ ਹੋਏ ਸਨ ਪੁਲਿਸ ਸੁਪਰਡੈਂਟ ਨੇ ਵੀ ਦਖਲ ਅੰਦਾਜ਼ੀ ਕਰਨ ਦਾ ਯਤਨ ਕੀਤਾ ਲక్ష్మణ ਸਿੰਘ ਦੀ ਅਗਵਾਈ ਵਿੱਚ ਕਿਰਪਾਨ ਧਾਰੀ ਸੰਗਤਾਂ ਗੁਰਦੁਆਰਾ ਜਨਮ ਅਸਥਾਨ ਚੱਲੀਆਂ ਗਈਆਂ ਜਥੇਦਾਰ ਨੇ ਭਾਸ਼ਣ ਦਿੱਤਾ ਕਿ ਉਹ ਤਾਂ ਗੁਰੂ ਘਰ ਸ਼ਰਧਾ ਨਾਲ ਮੱਥਾ ਟੇਕਣ ਆਏ ਹਨ ਜਥੇਦਾਰ ਦੀ ਨਿਡਰਤਾ ਭਰੀ ਸਿਆਣਪ ਨਾਲ ਤੇ ਸਿੱਖਾਂ ਦੀ ਸ਼ਾਂਤੀ ਕਾਰਨ ਝਗੜਾ ਹੋਣੋਂ ਟਲ ਗਿਆ ਜਥੇਦਾਰ ਲక్ష్మణ ਸਿੰਘ ਨੂੰ ਗੁਰਦੁਆਰਾ ਪ੍ਰਬੰਧ ਵਿੱਚ ਆਈ ਗਰਾਵਟ ਦਾ ਬੜਾ ਦੁੱਖ ਸੀ ਨਨਕਾਣਾ ਸਾਹਿਬ ਤਾਂ ਕੀ ਲਗਭਗ ਹਰ ਗੁਰਦੁਆਰੇ ਵਿੱਚ ਮਹੰਤ ਗਰਦੀ ਦਾ ਬੋਲ ਬਾਲਾ ਸੀ ਪਰੰਤੂ ਨਨਕਾਣਾ ਸਾਹਿਬ ਦੇ ਮਹੰਤ ਨਾਰਾਇਣ ਦਾਸ ਦਾ ਹਾਲ ਸਭ ਤੋਂ ਭੈੜਾ ਸੀ ਉਸਨੇ ਇੱਕ ਮਿਰਾਸਣ ਰੱਖੀ ਸੀ ਜਿਸ ਤੋਂ ਉਹਦੇ ਦੋ ਪੁੱਤਰ ਤੇ ਦੋ ਧੀਆਂ ਸਨ 1917 ਵਿੱਚ ਮਹੰਤ ਦੇ ਜਨਮ ਸਥਾਨ ਤੇ ਕੰਜਰੀਆਂ ਦਾ ਨਾਲਚ ਨਚਾਇਆ ਸੀ ਤਾਂ ਸਿੱਖਾਂ ਵਿੱਚ ਰੋਸ ਫੈਲ ਗਿਆ ਮਹੰਤ ਨੂੰ ਹਟਾਏ ਜਾਣ ਲਈ ਸਰਕਾਰ ਤੋਂ ਮੰਗ ਕੀਤੀ ਗਈ ਪਰ ਕੌਣ ਸੁਣਦਾ ਸੀ 1918 ਵਿੱਚ ਇੱਕ ਰਿਟਾਇਰਡ ਸਿੰਧੀ ਈਐਸੀ ਨਨਕਾਣਾ ਸਾਹਿਬ ਦੀ ਦਰਸ਼ਨ ਕਰ ਲਈ ਆ ਤਾਂ ਇੱਕ ਪੁਜਾਰੀ ਨੇ ਉਸ ਦੀ 13 ਸਾਲਾ ਲੜਕੀ ਚੁੱਕ ਲਈ ਪੂਰਨ ਨਿਵਾਸੀ ਸਮੇਂ ਜੜਾਂ ਵਾਲਾ ਦੀਆਂ ਛੇ ਇਸਤਰੀਆਂ ਨਾਲ ਪੁਜਾਰੀਆਂ ਵੱਲੋਂ ਬਲਾਤਕਾਰ ਕੀਤਾ ਗਿਆ ਅਜਿਹੀ ਹਾਲਤ ਅਸਹਿ ਸੀ ਅਕਤੂਬਰ 1920 ਵਿੱਚ ਪਿੰਡ ਧਾਰੋ ਵਾਲੀ ਵਿੱਚ ਇੱਕ ਦੀਵਾਨ ਕਰਗੀ ਨਨਕਾਣਾ ਸਾਹਿਬ ਦੇ ਸੁਧਾਰ ਲਈ ਗੁਰਮਤਾ ਪਾਸ ਕੀਤਾ ਗਿਆ। ਮਹੰਤ ਨੇ ਆਪਣੀ ਰਾਖੀ ਲਈ 400 ਆਦਮੀਆਂ ਦਾ ਪ੍ਰਬੰਧ ਕਰ ਲਿਆ। 23 ਜਨਵਰੀ ਤੇ 6 ਫਰਵਰੀ 1921 ਨੂੰ ਸ਼੍ਰੋਮਣੀ ਕਮੇਟੀ ਦੇ ਸਮਾਗਮਾਂ ਵਿੱਚ ਨਨਕਾਣਾ ਸਾਹਿਬ ਦੇ ਸੁਧਾਰ ਉੱਪਰ ਵਿਚਾਰ ਹੋਈ। ਮਹੰਤ ਨੂੰ ਸੁਧਾਰ ਜਾਣ ਦੀ ਮਹੰਤ ਨੂੰ ਸੁਧਰ ਜਾਣ ਦੀ ਤਾੜਨਾ ਵਾਲੀ ਚਿੱਠੀ ਵੀ ਲਿਖੀ ਗਈ। ਭਾਈ ਲక్ష్మణ ਸਿੰਘ ਸਰਦਾਰ ਦਲੀਪ ਸਿੰਘ ਤੇਜਾ ਸਿੰਘ ਸਮੁੰਦਰੀ ਭਾਈ ਕਰਤਾਰ ਸਿੰਘ ਛੱਬਰ ਤੇ ਸਰਦਾਰ ਬਖਸ਼ੀਤ ਸਿੰਘ ਅਧਾਰਤ ਕਮੇਟੀ ਬਣਾਈ ਗਈ ਜੋ ਸ੍ਰੀ ਨਨਕਾਣਾ ਸਾਹਿਬ ਵਿੱਚ ਲੰਗਰ ਤੇ ਦੀਵਾਨ ਦਾ ਪ੍ਰਬੰਧ ਕਰਨ ਲਈ ਅਧਿਕਾਰਤ ਕੀਤੀ ਗਈ ਨਨਕਾਣਾ ਸਾਹਿਬ ਦੇ ਸਾਕੇ ਤੋਂ ਪਹਿਲਾਂ 24 ਜਨਵਰੀ 1921 ਨੂੰ ਜਦੋਂ ਤਰਨਤਾਰਨ ਵਿੱਚ ਅਕਾਲੀ ਅਕਾਲੀ ਸੁਧਾਰਕਾਂ ਨੇ ਕਬਜ਼ਾ ਕੀਤਾ ਤਾਂ ਆਪ ਵੀ ਉਸ ਜਥੇ ਵਿੱਚ ਸ਼ਾਮਲ ਸਨ ਕਿਹਾ ਜਾਂਦਾ ਹੈ ਕਿ ਉਸ ਸਮੇਂ ਆਪ ਜੀ ਨੇ ਅਰਦਾਸ ਕੀਤੀ ਕਿ ਮੇਰਾ ਸਰੀਰ ਗੁਰਦੁਆਰਾ ਨਨਕਾਣਾ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨ ਲਈ ਲੱਗੇ 23 24 ਜਨਵਰੀ ਤੇ 6 ਫਰਵਰੀ 1921 ਨੂੰ ਜਦੋਂ ਨਨਕਾਣਾ ਸਾਹਿਬ ਦੇ ਸੁਧਾਰ ਲਈ ਵਿਚਾਰ ਕੀਤੀ ਗਈ ਤੇ ਪ੍ਰਬੰਧ ਲਈ ਕਮੇਟੀ ਦਾ ਗਠਨ ਹੋਇਆ ਤਾਂ ਸਿੱਖ ਪੰਥ ਵਿੱਚ ਅਥਾਹ ਜੋਸ਼ ਭਰ ਗਿਆ। ਜ਼ਿਲ੍ਹਾ ਸ਼ੇਖੂਪੁਰਾ ਤੇ ਲਾਇਲਪੁਰ ਵਿੱਚ ਦੀਵਾਨ ਕੀਤੇ ਗਏ। ਭਾਈ ਲక్ష్మణ ਸਿੰਘ ਨੇ ਵੀ ਜਥਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਨਨਕਾਣਾ ਸਾਹਿਬ ਦੇ ਦੀਵਾਨ ਨੂੰ ਸਫਲ ਬਣਾਉਣ ਲਈ ਭਾਈ ਲక్ష్మణ ਸਿੰਘ, ਸਰਦਾਰ ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਭਾਈ ਕਰਤਾਰ ਸਿੰਘ ਚੱਬਰ ਸਰਦਾਰ ਤੇਜਾ ਸਿੰਘ ਚੂੜਕਾਣਾ ਸਰਦਾਰ ਸੁੱਚਾ ਸਿੰਘ ਜੈਚਕ ਭਾਈ ਬੂਟਾ ਸਿੰਘ ਚੱਕ 204 ਤੇ ਸਰਦਾਰ ਰਾਜਾ ਸਿੰਘ ਜੜਾਂਵਾਲਾ ਇਸ ਤਹਿਰੀਕ ਨੂੰ ਚਲਾ ਰਹੇ ਸਨ ਸਿੰਘਾਂ ਨੇ 19 ਫਰਵਰੀ ਨੂੰ ਨਨਕਾਣਾ ਸਾਹਿਬ ਪੁੱਜਣ ਦਾ ਫੈਸਲਾ ਕੀਤਾ ਉਧਰੋਂ ਮਹੰਤ ਨਰੈਣਦਾਸ ਨੇ ਵੀ ਵਿਰੋਧਤਾ ਕਰਨ ਲਈ ਤਿਆਰੀ ਆਰੰਭ ਦਿੱਤੀ ਸਰਕਾਰ ਮਹੰਤ ਦੀ ਪਿੱਠ ਤੇ ਗਲ ਰਹੀ ਸੀ ਸੁਲਹ ਸਫਾਈ ਦਾ ਰਾਹ ਕੱਢਣ ਲਈ 7 ਫਰਵਰੀ ਨੂੰ ਮਹੰਤ ਨਾਲ ਮੀਟਿੰਗ ਕੀਤੀ ਜਾਣੀ ਸੀ ਪਰ ਮਹੰਤ ਨਾ ਆਇਆ ਫਿਰ 14 ਫਰਵਰੀ 1921 ਨੂੰ ਛੇਕੂਪੁਰਾ ਵਿੱਚ ਵੀ ਸਾਂਝੀ ਮੀਟਿੰਗ 'ਚ ਉਹ ਗੈਰ ਹਾਜ਼ਰਿਆ ਮਹੰਤ ਨੇ 4 ਤੋਂ 6 ਮਾਰਚ 1921 ਨੂੰ ਹੋਣ ਵਾਲੀ ਮੀਟਿੰਗ ਵਿੱਚ ਹਾਜ਼ਰ ਹੋਣ ਵਾਲੇ ਚੋਟੀ ਦੇ ਅਕਾਲੀ ਲੀਡਰਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਤਿਆਰ ਕਰ ਲਈ ਇਸ ਗੱਲ ਦਾ ਪਤਾ ਸਰਦਾਰ ਕਰਤਾਰ ਸਿੰਘ ਛੱਬਰ ਨੂੰ ਆਪਣੀ ਇੱਕ ਵਿਸ਼ਵਾਸਪਾਤਰ ਅਵਤਾਰ ਸਿੰਘ ਤੋਂ ਲੱਗਾ ਜੋ ਮਹੰਤ ਨਰੈਣਦਾਸ ਨਾਲ ਹੀ ਰਹਿੰਦਾ ਸੀ ਅਕਾਲੀ ਅਖਬਾਰ ਦੇ ਦਫ਼ਤਰ ਵਿੱਚ ਇੱਕ ਇਕੱਤਰਤਾ ਅਕਾਲੀ ਮੁਖੀਆਂ ਦੀ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਅੰਤਮ ਦਿਨ ਨਿਜੀਤ ਕੀਤੇ ਬਿਨਾਂ ਕੋਈ ਜਥਾ ਨਨਕਾਣੇ ਸਾਹਿਬ ਨਾ ਜਾਵੇ ਪਰ ਭਾਈ ਕਰਤਾਰ ਸਿੰਘ ਛੱਬਰ ਭਾਈ ਲక్ష్మణ ਸਿੰਘ ਤੇ ਭਾਈ ਬੂਟਾ ਸਿੰਘ ਨੇ 20 ਫਰਵਰੀ 1921 ਨੂੰ ਗੁਰਦੁਆਰਾ ਜਨਮ ਸਥਾਨ ਤੇ ਕਬਜ਼ਾ ਕਰਨ ਦੀ ਵਿਚਾਰ ਬਣਾ ਲਈ ਕਿਉਂਕਿ ਉਸ ਦਿਨ ਮਹੰਤ ਲਾਹੌਰ ਵਿੱਚ ਸਨਾਤਨ ਸਿੱਖ ਕਾਨਫਰੰਸ ਵਿੱਚ ਰੁੱਝਿਆ ਹੋਇਆ ਸੀ ਭਾਵੇਂ ਭਾਈ ਲక్ష్మణ ਸਿੰਘ ਹਰਾ ਨੇ ਆਪਣੀ ਵਿਚਾਰ ਨੂੰ ਗੁਪਤ ਰੱਖਿਆ ਸੀ ਪਰੰਤੂ ਫਿਰ ਵੀ ਤੇਜਾ ਸਿੰਘ ਸਮੁੰਦਰੀ ਮਾਸਟਰ ਤਾਰਾ ਸਿੰਘ ਤੇ ਹਰਚੰਦ ਸਿੰਘ ਲੈਲਪੁਰੀ ਨੂੰ ਇਸ ਦੀ ਪਿੰਕ ਪੈ ਗਈ ਉਹ ਲਾਹੌਰ ਪਹੁੰਚੇ ਉਹਨਾਂ ਨਾਲ ਸਰਦਾਰ ਸਰਦੂਲ ਸਿੰਘ ਕਵੀਸ਼ਰ ਮਾਸਟਰ ਸੁੰਦਰ ਸਿੰਘ ਲੈਲਪੁਰੀ ਸਰਦਾਰ ਜਸਵੰਤ ਸਿੰਘ ਝਬਾਲ ਤੇ ਭਾਈ ਦਲੀਪ ਸਿੰਘ ਵੀ ਸਲਾਹ ਮਸ਼ਵਰੇ ਲਈ ਸ਼ਾਮਲ ਹੋ ਗਏ ਵਿਚਾਰ ਉਪਰੰਤ ਸਰਦਾਰ ਜਸਵੰਤ ਸਿੰਘ ਝਬਾਲ ਤੇ ਭਾਈ ਦਲੀਪ ਸਿੰਘ ਦੀ ਜ਼ਿੰਮੇਵਾਰੀ ਲਈ ਗਈ ਕਿ ਉਹ ਜਥੇ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕਣ ਉਹਨਾਂ ਨੇ ਕਰਤਾਰ ਸਿੰਘ ਝੱਬਰ ਨਾਲ ਤਾਂ ਸੰਪਰਕ ਕਰ ਲਿਆ ਤੇ ਫਿਰ ਦਲੀਪ ਸਿੰਘ ਦੀ ਡਿਊਟੀ ਲਾਈ ਕਿ ਉਹ ਭਾਈ ਲక్ష్మణ ਸਿੰਘ ਨਾਲ ਸੰਪਰਕ ਕਰੇ ਭਾਈ ਦਲੀਪ ਸਿੰਘ ਭਾਈ ਲక్ష్మణ ਸਿੰਘ ਦੇ ਜਥੇ ਨੂੰ ਚੰਦਰਕੂੜ ਦੇ ਸਥਾਨ ਤੇ ਨਾਂ ਮਿਲ ਸਕੇ ਪਰ ਨਨਕਾਣਾ ਸਾਹਿਬ ਪਹੁੰਚ ਕੇ ਉਸ ਨੇ ਭਾਈ ਸਾਹਿਬ ਨੂੰ ਪੈਗਾਮ ਪਹੁੰਚਾ ਦਿੱਤਾ ਕਿ ਉਹ ਗੁਰਦੁਆਰਾ ਜਨਮ ਸਥਾਨ ਨਾ ਜਾਣ ਭਾਵੇਂ ਭਾਈ ਲక్ష్మణ ਸਿੰਘ ਨੇ ਸਹਿਮਤੀ ਵਿਖਾਈ ਪਰੰਤੂ ਉਹਨਾਂ ਦੇ ਇੱਕ ਸਾਥੀ ਟਹਿਲ ਸਿੰਘ ਨੇ ਝੂਰ ਪਾਇਆ ਕਿ ਇਹੋ ਅਰਦਾਸਾ ਸੋਧ ਕੇ ਆਏ ਹਨ ਉਹਨਾਂ ਨੂੰ ਗੁਰਦੁਆਰਾ ਜਨਮ ਸਥਾਨ ਜ਼ਰੂਰ ਮੱਥਾ ਟੇਕਣ ਜਾਣਾ ਚਾਹੀਦਾ ਹੈ ਤੇ ਸ਼ਰਧਾ ਭੇਟ ਕਰਨੀ ਚਾਹੀਦੀ ਹੈ ਭਾਈ ਲక్ష్మణ ਸਿੰਘ ਜੀ ਰਜਾਮੰਦ ਹੋਗੇ ਅਤੇ ਜਥਾ ਗੁਰਦੁਆਰਾ ਜਨਮ ਸਥਾਨ ਦੇ ਦਰਸ਼ਨਾਂ ਨੂੰ ਤੁਰ ਪਿਆ ਬੀਬੀਆਂ ਗੁਰਦੁਆਰਾ ਤੰਬੂ ਸਾਹਿਬ ਦੇ ਦਰਸ਼ਨਾਂ ਲਈ ਚਲੀਆਂ ਗਈਆਂ ਜਿੱਥੋਂ ਪਿੱਛੋਂ ਵਾਪਸ ਘਰਾਂ ਨੂੰ ਮੁੜ ਗਿਆ ਅਤੇ ਅਕਾਲੀ ਜਨਮ ਸਥਾਨ ਦੇ ਬਾਹਰ ਤਲਾਬ ਵਿੱਚ ਇਸ਼ਨਾਨ ਕਰਨ ਲੱਗ ਪਏ ਕੋਈ 6 ਵਜੇ ਦੇ ਕਰੀਬ ਉਹ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਦਾਖਲ ਹੋਏ ਮਹੰਤ ਦੇ ਗੁੰਡੇ ਤੇ ਬਦਮਾਸ਼ ਅੱਗੇ ਤਿਆਰ ਬੈਠੇ ਸਨ ਉਸ ਨੇ 10 ਨੰਬਰੀਏ ਬਦਮਾਸ਼ਾਂ ਰਿਹਾਨਾ, ਅਮਲੀ, ਕੁੰਦੀ, ਵਸਾਕਾ ਆਦਿ ਹਾਜ਼ਰੀ ਕਸੂਰ ਦੇ ਥਾਣੇ ਚ ਲਵਾ ਰੱਖੀ ਸੀ ਤਾਂ ਜੋ ਉਹ ਆਪਣਾ ਇਹ ਉਜਰ ਪੇਸ਼ ਕਰ ਸਕੇ ਕਿ ਜਿੰਨਾ ਬਦਮਾਸ਼ਾਂ ਨੂੰ ਕਾਤਲ ਆਖਿਆ ਜਾ ਰਿਹਾ ਹੈ ਉਹ ਤਾਂ ਉਸ ਦਿਨ ਨਨਕਾਣਾ ਸਾਹਿਬ ਵਿੱਚ ਹਾਜ਼ਰ ਹੀ ਨਹੀਂ ਸਨ ਜਦੋਂ ਸਿੰਘ ਗੁਰਦੁਆਰੇ ਵਿੱਚ ਦਾਖਲ ਹੋਏ ਤਾਂ ਉਹਨਾਂ ਉੱਪਰ ਬਿਨਾਂ ਕੁਝ ਪੁੱਛਿਆ ਗੋਲੀਆਂ ਦੀ ਬਿਚਾਰ ਕਰ ਦਿੱਤੀ ਗਈ ਪੰਜਾਬ ਸਰਕਾਰ ਨੇ ਇਸ ਕਾਂਡ ਵਿੱਚ ਮਰਨ ਵਾਲਿਆਂ ਦੀ ਗਿਣਤੀ 130 ਮੰਨੀ ਸੀ ਜਦ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਭਾਈ ਦਲੀਪ ਸਿੰਘ ਸਰਦਾਰ ਉੱਤਮ ਸਿੰਘ ਦੇ ਕਾਰਖਾਨੇ 'ਚ ਬੈਠੇ ਸਨ ਭਾਈ ਲక్ష్మణ ਸਿੰਘ ਨੇ ਆਪਣੇ ਜਥੇ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੋਈ ਸੀ ਸਵੇਰੇ 5:30 ਵਜੇ ਜਥਾ ਜਨਮ ਸਥਾਨ ਵਿੱਚ ਦਾਖਲ ਹੋ ਗਿਆ ਜਥੇਦਾਰ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਤੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਸੂਰਜ ਚੜ੍ਹਨ ਨਾਲ ਹੀ ਮਹੰਤ ਦੀ ਬੈਠਕ ਵੱਲੋਂ ਗੋਲੀ ਚੱਲੀ ਮਹੰਤ ਦੇ ਗੁੰਡਿਆਂ ਨੇ ਕੋਠਿਆਂ ਤੇ ਚੜ ਕੇ ਬੰਦੂਕਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗੋਲੀਆਂ ਚੁਖੰਡੀ ਵੱਲ ਆਈਆਂ ਜਿੱਥੇ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਸੀ ਬਾਹਰ ਬਹੁਤ سارے ਸਿੰਘ ਸ਼ਹੀਦ ਹੋ ਗਏ ਤੇ ਮਹਾਰਾਜ ਦੀ ਤਾਬਿਆ ਬੈਠੇ ਭਾਈ ਲక్ష్మణ ਸਿੰਘ ਦੇ ਵੀ ਗੋਲੀਆਂ ਲੱਗਦੀਆਂ ਰੀਆਂ ਪਰ ਉਹ ਅਡੋਲ ਬੈਠੇ ਰਹੇ ਫਿਰ ਮਹੰਤ ਦੇ ਗੁੰਡੇ ਸੇਰਦਾਸ ਲੱਦੂ ਬਾਗੀ ਤੇ ਕੋਟ ਸਾਧੂ ਰਾਮ ਦਾ ਇੱਕ ਮਹੰਤ ਚੁਖੰਡੀ ਦੇ ਅੰਦਰ ਗਏ ਤੇ ਲక్ష్మణ ਸਿੰਘ ਨੂੰ ਕੇਸਾਂ ਤੋਂ ਫੜ ਕੇ ਬਾਹਰ ਧੂ ਲਿਆਏ ਤੇ ਜ਼ੋਰ ਦੀ ਸੰਗ ਮਰਮਰ ਤੇ ਪਟਕਾ ਕੇ ਮਾਰਿਆ ਤੇ ਫਿਰ ਮਿੱਟੀ ਦਾ ਤੇਲ ਪਾ ਕੇ ਜੰਡ ਦੇ ਹੇਠਾਂ ਸਰੀਰ ਨੂੰ ਸਾੜ ਦਿੱਤਾ ਇਹ ਭਿਆਨਕ ਸਾਾਕਾ 21 ਫਰਵਰੀ 1921 ਨੂੰ ਹੋਇਆ ਸ਼ਹੀਦ ਲక్ష్మణ ਸਿੰਘ ਜੀ ਦਾ ਜੀਵਨ ਦ੍ਰਿੜਤਾ ਸਿੱਦਕ ਦਲੇਰੀ ਤੇ ਪ੍ਰਾਣ ਪਾਲਣਾ ਦੀ ਇੱਕ ਚਮਕਦੀ ਮਿਸਾਲ ਹੈ ਭੁੱਲਾਂ ਚੁੱਕਾ ਮੁਆਫ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ